ਸੋਹੀ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਤੋਂ ਇਹ ਸਵਾਲ ਪੁੱਛਾਂਗਾ ਕਿ ਤੁਸੀਂ ਫਿਲਮਾਂ ਵਿੱਚ ਕਦੋਂ ਅਤੇ ਕਿਵੇਂ ਆਏ? ਇਹ ਬਾਈ ਜੀ, ਮੈਂ ਸੰਨ 65 'ਚ ਧੂਰੀ ਗਿਆ ਪੇਪਰ ਦੇਣ ਵਾਸਤੇ, ਅਤੇ ਉੱਥੇ ਮੈਂ ਮੇਰੀ ਜ਼ਿੰਦਗੀ ਦੀ ਪਹਿਲੀ ਪੰਜਾਬੀ ਫਿਲਮ ਦੇਖੀ, ਦਾਰਾ ਜੀ ਦੀ ਜੱਗਾ ਡਾਕੂ। ਅਤੇ ਉਸ ਤੋਂ ਪਹਿਲਾਂ ਮੈਂ ਕਦੇ ਕੋਈ ਮੂਵੀ ਨਹੀਂ ਸੀ ਵੇਖੀ। ਅਤੇ ਉਹ ਫਿਲਮ ਦੇਖਦੇ ਹੋਏ ਜਦੋਂ ਮੈਂ ਜਿਹੜੇ ਫਿਲਮ ਦੇ ਪਾਤਰ ਨੇ ਉਹਨਾਂ ਨੂੰ ਸਕਰੀਨ 'ਤੇ ਚੱਲਦੇ ਫਿਰਦੇ ਗੱਲਾਂ ਕਰਦੇ ਦੇਖਿਆ, ਤਾਂ ਮੇਰੇ ਮਨ 'ਚ ਇੱਕ ਖਾਹਿਸ਼ ਪੈਦਾ ਹੋਈ ਕਿ ਜੋ ਇਹ ਕਰ ਰਹੇ ਨੇ ਉਹ ਮੈਂ ਵੀ ਕਰ ਸਕਦਾ। ਬਸ ਇੱਥੋਂ ਹੀ ਝਟਕ ਜਿਹੀ ਲੱਗ ਗਈ। ਸੋਹੀ ਸਾਹਿਬ, ਤੁਸੀਂ ਕਾਫੀ ਫਿਲਮਾਂ ਕੀਤੀਆਂ ਹੋਈਆਂ ਜੀ, ਉਹਨਾਂ ਵਿੱਚੋਂ ਕੋਈ ਇਹੋ ਜਿਹੀ ਫਿਲਮ ਹੈ ਜਿਹਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ? ਜਿਹੜੀਆਂ ਫਿਲਮਾਂ ਮੈਂ ਕੀਤੀਆਂ ਉਹ ਤੋਂ ਦੇਖੋ, ਸਭ ਤੋਂ ਪਹਿਲੀ ਫਿਲਮ ਹੀ ਬਹੁਤ ਅੱਛੀ ਸੀ, ਲੌਂਗ ਦਾ ਲਿਸ਼ਕਾਰਾ। ਮੈਂ ਜਿਹੜੀ ਫਿਲਮ ਕੀਤੀ ਸੀ ਉਹ ਬੜਾ ਇੱਕ ਘਰੇਲੂ ਜਿਹਾ ਫੈਮਿਲੀ ਡਰਾਮਾ ਸੀ, ਬੜਾ ਸੋਹਣਾ ਸੰਗੀਤ ਸੀ, ਬੜੀ ਸੋਹਣੀ ਕਹਾਣੀ ਸੀ, ਬੜੇ ਸੋਹਣੇ ਉਹਦੇ 'ਚ ਪਾਤਰਾਂ ਦੀ ਰਚਨਾ ਕੀਤੀ ਗਈ ਸੀ, ਬੜੇ ਸੋਹਣੇ ਡਾਇਲੋਗ ਸੀ, ਔਰ ਪੰਜਾਬੀਆਂ ਨੇ ਉਹਨੂੰ ਖਿੜੇ ਮੱਥੇ ਪ੍ਰਵਾਨ ਵੀ ਕੀਤਾ ਸੀਗਾ। ਓਏ ਹੋਏ, ਚੱਲਿਆ ਇਸ਼ਕ ਦੀਆਂ ਬਾਜ਼ੀਆਂ ਬੜਕਾਂ ਨਾਲ ਹੀ ਜਿੱਤੀਆਂ ਜਾਂਦੀਆਂ, ਤੀਵੀਂ ਦਾ ਦਿਲ ਜਿੱਤ ਕੇ ਗੱਲ ਬਣਦੀ ਹੈ, ਨਹੀਂ ਤਾਂ ਤਰਕ 'ਚ ਮਿਰਜੇ ਵਾਂਗੂ ਜੰਡ 'ਤੇ ਟੰਗੇ ਰਹਿ ਜਾਂਦੇ ਨੇ। ਓਏ ਮੈਂ ਘੱਲਾਂ ਦਾ ਮਿਰਜਾ ਨਹੀਂ ਜਿਹੜਾ ਸਾਹਿਬਾਂ ਦੇ ਪੱਟ 'ਤੇ ਸਿਰ ਧਰ ਕੇ ਸੁੱਤਾ ਰਹੂ। ਅਤੇ ਉਸ ਤੋਂ ਬਾਅਦ ਮੈਂ ਪੰਜਾਬੀ ਫਿਲਮ ਮੇਲਾ ਕੀਤੀ। ਮੇਲਾ ਦੇ ਵਿੱਚ ਦੋ ਭਰਾਵਾਂ ਦਾ ਪਿਆਰ, ਦੋ ਭਰਾਵਾਂ ਦੀ ਕਹਾਣੀ, ਉਹ ਵੀ ਇਹ ਸੁਣਿਆ ਦਿੰਦੀ ਸੀ ਕਿ ਪੰਜਾਬੀ 'ਚ ਕਹਾਵਤ ਹੈ ਤੀਜਾ ਰਲਿਆ ਕੰਮ ਗਲਿਆ। ਉਹ ਦੋ ਭਰਾਵਾਂ ਵਿੱਚ ਇੱਕ ਕਰੈਕਟਰ ਜੋ ਮੈਂ ਖੇਡਿਆ ਸੀ ਵਿਲਨ ਦਾ, ਉਹਨਾਂ ਦੀ ਉਹ ਐਂਟਰੀ ਹੋਣ ਨਾ ਦਿਓ ਤੀਜੇ ਕਰੈਕਟਰ ਦੀ, ਉਹ ਤੀਜਾ ਕਰੈਕਟਰ ਤੁਹਾਡੇ ਦੋ ਭਾਈਆਂ 'ਚ ਆਇਆ, ਉਹਨੇ ਪੌੜਾ ਪਾਇਆ ਅਤੇ ਭਾਈਆਂ ਦਾ ਸੱਤਿਆਨਾਸ਼ ਕਰਤਾ। ਉਹ ਇਸ ਤਰ੍ਹਾਂ ਦੀ ਕਹਾਣੀ ਸੀ। ਅਤੇ ਹੁਣੇ ਹੁਣੇ ਮੈਂ ਇੱਕ ਫਿਲਮ ਕੀਤੀ ਹੈ ਭਾਅ ਜੀ, ਬਾਗੀ। ਅੱਛਾ, ਹਾਂ, ਬਾਗੀ ਫਿਲਮ ਦੇ ਵਿੱਚ ਉਹੀ ਆਪਣੇ ਚਹੇਤੇ ਕਲਾਕਾਰ ਓਮਪੁਰੀ ਸਾਹਿਬ, ਉਹ ਵੀ ਮੇਰੇ ਨਾਲ ਨੇ। ਜੇ ਕਾਲਜ ਜਾਂਦੀਆਂ ਕੁੜੀਆਂ ਨੂੰ ਕਿਸੇ ਦੀ ਧੀ ਭੈਣ ਹੀ ਨਹੀਂ ਸਮਝਦੇ, ਕੱਲ੍ਹ ਨਾ ਉਹ ਬੱਸ ਅੱਡੇ 'ਤੇ ਕਾਲਜ ਜਾਂਦੀਆਂ ਕੁੜੀਆਂ ਨੂੰ ਛੇੜਦਾ, ਉਹ ਕੋਟੇ ਕਹਿੰਦਾ ਭੜਕਾਦਾ ਮੈਂ। ਹੁਣ ਕੱਲ੍ਹ ਨੂੰ ਕੋਈ ਆਪਣੀ ਕੁੜੀ ਨੂੰ 19 ਕੀ ਕਹਿ ਦੇ, ਮੈਂ ਤਾਂ ਬੰਦਾ ਪੜ੍ਹ ਦੂੰ, ਫਿਰ ਭੁਗਤੀ ਜਾਂ ਤਰੀਕਾਂ। ਓਮਪੁਰੀ ਸਾਹਿਬ ਅਤੇ ਮੈਂ, ਅਸੀਂ ਦੋਵੇਂ ਹੀਰੋਇਨ ਦੇ ਬ੍ਰਦਰ ਬਣੇ ਹਾਂ। ਔਰ ਇਹ ਜਿਹੜੀ ਫਿਲਮ ਹੈ ਇਹ ਜ਼ਾਤ ਪਾਤ 'ਤੇ ਜੋ ਇੰਨੀਆਂ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਸਾਡੇ ਸਮਾਜ ਦੇ ਅੰਦਰ, ਕਿ ਬਾਬੇ ਵੀ ਕਹਿ ਕੇ ਥੱਕ ਗਏ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ, ਕਿਸੇ ਨੂੰ ਅਕਲ ਹੁਣ ਤੱਕ ਨਹੀਂ ਆਈ, ਅਜੇ ਵੀ ਅਸੀਂ ਉੱਥੇ ਬੈਠੇ ਹਾਂ। ਅਸੀਂ ਬੜੇ ਘਟੀਆ ਸ਼ਬਦ, ਖੈਰ ਉਹ ਬਾਹਮਣਵਾਦ ਤੋਂ ਤਾਂ ਸਾਡੀ ਜਿਹੜੇ ਸਾਡਾ ਸਮਾਜ ਹੈ ਛੁਟਕਾਰਾ ਪਾ ਗਿਆ, ਜਦੋਂ ਇਹ ਹੁੰਦਾ ਸੀ ਕਿ ਬੰਦੇ ਨੂੰ ਸੋਚ ਕੇ ਲੰਘਣਾ ਪੈਂਦਾ ਸੀ, ਇੱਧਰੋਂ ਹਵਾ ਚੱਲਦੀ ਹੈ, ਇੱਧਰ ਪੰਡਿਤ ਜੀ ਬੈਠੇ ਨੇ, ਮੈਂ ਉਹਦੀ ਨਾ ਲੰਘਾਂ, ਉੱਥੋਂ ਤਾਂ ਅਸੀਂ ਥੋੜ੍ਹਾ ਅੱਗੇ ਵੱਧ ਗਏ ਹਾਂ, ਪਰ ਅਜੇ ਵੀ ਸਾਡੇ ਸਮਾਜ ਨੂੰ ਲੋੜ ਹੈ ਇਹ ਕੋਹੜ ਦੂਰ ਕਰਨ ਦੀ। ਔਰ ਅਸੀਂ ਬਾਗੀ ਫਿਲਮ ਰਾਹੀਂ ਇਸ ਕੋਹੜ ਨੂੰ ਦੂਰ ਕਰਨ ਦੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ। ਸੋ ਇਹੋ ਜਿਹੀਆਂ ਜ਼ਿੰਮੇਵਾਰ ਫਿਲਮਾਂ ਬਣਾਉਣੀਆਂ ਚਾਹੀਦੀਆਂ ਨੇ, ਮੈਂ ਉਹਦਾ ਪੱਖਦਾਰ ਹਾਂ। ਲੌਂਗ ਦਾ ਲਿਸ਼ਕਾਰਾ ਤੋਂ ਯਾਦ ਆਇਆ, ਲੌਂਗ ਦਾ ਲਿਸ਼ਕਾਰਾ ਟਿਵਾਣਾ ਸਾਹਿਬ ਨੇ ਬਣਾਈ ਸੀ ਜੀ, ਅਤੇ ਟਿਵਾਣਾ ਸਾਹਿਬ ਬਾਰੇ ਮੈਂ ਕਾਫੀ ਸੁਣਿਆ ਕਿ ਉਹਨਾਂ ਦੀ ਸ਼ਖਸੀਅਤ ਦਾ ਤੁਹਾਡੇ ਉੱਤੇ ਕਾਫੀ ਪ੍ਰਭਾਵ ਰਿਹਾ, ਕੀ ਇਹ ਸੱਚ ਹੈ? ਬਿਲਕੁਲ ਸੱਚ ਹੈ, ਹੋਣਾ ਵੀ ਚਾਹੀਦਾ, ਕਿਉਂਕਿ ਮੈਂ ਟਿਵਾਣਾ ਸਾਹਿਬ ਨਾਲ ਸੰਨ 1975 ਤੋਂ ਲੈ ਕੇ 87 ਤੱਕ 12 ਵਰੇ ਮੈਂ ਉਹਨਾਂ ਨਾਲ ਗੁਜ਼ਾਰੇ ਨੇ। 12 ਵਰੇ ਸਾਡੀ ਛੋਟੀ ਜਿਹੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਨੇ ਜੀ, ਔਰ ਉਹਨਾਂ 12 ਵਰਿਆਂ 'ਚ ਮੈਂ ਉਹਨਾਂ ਨਾਲ ਰੱਜ ਕੇ ਥੀਏਟਰ ਜੀਵਿਆ, ਥੀਏਟਰ ਹੰਢਾਇਆ। ਅਤੇ ਉਸੇ ਦੌਰਾਨ ਇੱਕ ਵਾਰੀ ਮੇਰੇ ਇੱਕ ਛੋਟਾ ਜਿਹਾ ਕਿੱਸਾ ਯਾਦ ਹੈ, ਮੇਰੇ ਪਾਪਾ ਜੀ ਨੇ ਟਿਵਾਣਾ ਸਾਹਿਬ ਨੂੰ ਇੱਕ ਖਤ ਲਿਖਿਆ। ਉਹ ਖਤ ਪੜ੍ਹਿਆ, ਪੜ੍ਹ ਕੇ ਟਿਵਾਣਾ ਸਾਹਿਬ ਮੈਨੂੰ ਕਹਿੰਦੇ, ਬੇਟਾ ਮੈਨੂੰ ਨਹੀਂ ਸੀ ਪਤਾ ਕਿ ਤੇਰੇ ਪਾਪਾ ਜੀ, ਤੇਰੇ ਵਾਲਿਦ ਉਰਦੂ ਦੇ ਔਰ ਫਾਰਸੀ ਦੇ ਐਡੇ ਸੋਹਣੇ ਵਿਦਵਾਨ ਨੇ, ਇੰਨੇ ਸੋਹਣੀ ਪਕੜ ਹੈ ਉਹਨਾਂ ਦੀ। ਅਤੇ ਮੈਂ ਕਿਹਾ ਜੀ, ਇਸੇ ਕਰਕੇ ਸ਼ਾਇਦ ਮੈਂ ਤੁਹਾਡੇ ਨਾਲ ਉਰਦੂ ਦੇ ਐਡੇ ਸੋਹਣੇ ਪਲੇਜ਼, ਮੁਗਲ ਪੀਰੀਅਡ ਦੇ ਪਲੇਜ਼ ਇਸੇ ਕਰਕੇ ਕਰ ਰਿਹਾ, ਤੁਸੀਂ ਕਦੇ ਮੇਰੀ ਜ਼ਬਾਨ ਨੂੰ ਟੋਕਿਆ ਨਹੀਂ ਕਿ ਇੰਨੀ ਸੋਹਣੀ ਜ਼ਬਾਨ ਹੈ ਬੇਟਾ ਤੇਰੀ। ਫਿਰ ਮੇਰੇ ਪਾਪਾ ਜੀ ਨੇ ਆਉਣ ਲੱਗੇ ਉਹਨਾਂ ਨੂੰ ਕਿਹਾ ਕਿ ਟਿਵਾਣਾ ਜੀ, ਅਸੀਂ ਤਾਂ ਪਰਮਜੀਤ ਦੇ ਜਨਮਦਾਤਾ ਸੀ ਅਤੇ ਤੁਸੀਂ ਕਰਮਦਾਤਾ ਹੋ, ਫਿਰ ਕਰਮਦਾਤਾ ਦਾ ਮੇਰੇ 'ਤੇ ਅਸਰ ਹੋਣਾ ਤਾਂ ਬਹੁਤ ਜ਼ਰੂਰੀ ਗੱਲ ਹੈ, ਲਾਜ਼ਮੀ ਹੈ। ਸੋਹੀ ਸਾਹਿਬ ਜੀ, ਬਤੌਰ ਕਲਾਕਾਰ ਸਮਾਜ ਪ੍ਰਤੀ ਕਿੰਨੀ ਕੁ ਜ਼ਿੰਮੇਵਾਰੀ ਰੱਖਦੀ ਹੈ ਤੁਹਾਡੀ ਸੋਚ? ਦੇਖੋ ਸ਼ਵਿੰਦਰ ਜੀ, ਕਲਾਕਾਰ ਜਿਹੜਾ ਹੈ
ਉਹ ਸਮਾਜ ਪ੍ਰਤੀ ਬਹੁਤ ਚੇਤਨ ਹੋਣਾ ਚਾਹੀਦਾ, ਜਾਗਦੇ ਰਹਿਣਾ ਚਾਹੀਦਾ। ਸਮਾਜ ਜੋ ਘਟਨਾਵਾਂ ਵਾਪਰ ਰਹੀਆਂ ਬੁਰੀਆਂ ਚੰਗੀਆਂ, ਉਹਨੂੰ ਹਮੇਸ਼ਾ ਰਿਐਕਟ ਕਰਨਾ ਚਾਹੀਦਾ। ਜਦੋਂ ਵੀ ਅਸੀਂ ਕਲਾ ਦੇ ਖੇਤਰ 'ਚ ਕੁਝ ਵੀ ਕਰਦੇ ਹਾਂ, ਬੇਸ਼ੱਕ ਗਾਉਂਦੇ ਹਾਂ, ਲਿਖਦੇ ਹਾਂ, ਐਕਟਿੰਗ ਕਰਦੇ ਹਾਂ, ਉਹ ਸੀਰੀਅਲ ਹੋਵੇ, ਨਾਟਕ ਹੋਵੇ ਜਾਂ ਫਿਲਮ ਹੋਵੇ, ਸਾਨੂੰ ਐਂਟਰਟੇਨਮੈਂਟ ਦੇ ਨਾਲ ਨਾਲ ਹਮੇਸ਼ਾ ਕੁਝ ਨਾ ਕੁਝ ਅੱਛਾ ਕਹਿੰਦੇ ਰਹਿਣਾ ਚਾਹੀਦਾ, ਜਿਹਦੇ ਨਾਲ ਸਮਾਜ ਨੂੰ ਸੇਧ ਮਿਲੇ ਔਰ ਸਮਾਜ ਦਾ ਸੁਧਾਰ ਹੋਵੇ। ਮੈਂ ਛੋਟੇ ਹੁੰਦੇ ਪਿੰਡ ਹੁੰਦਾ ਸੀ ਤਾਂ ਕਈ ਵਾਰੀ ਇਹੋ ਜਿਹੇ ਲੋਕ ਗੀਤ ਕੰਨਾਂ 'ਚ ਪੈਂਦੇ ਸੀ ਕਿ ਚੁੱਲ੍ਹੇ ਮੂਹਰੇ ਬੈਠੇ ਆਪਣੀਆਂ ਮਾਵਾਂ ਭੈਣਾਂ ਦੇ ਨਾਲ ਰੋਟੀ ਖਾਂਦੇ ਸਾਨੂੰ ਅੱਖਾਂ 'ਚ ਰੋਣੀਆਂ ਪੈਂਦੀਆਂ ਸੀ। ਇਹੋ ਜਿਹਾ ਘਟੀਆ ਕੰਮ ਨਾ ਕਰੋ ਕਿ ਸਾਡੇ ਜਿਹੜੇ ਬਜ਼ੁਰਗ ਨੇ, ਸਾਡੀਆਂ ਮਾਵਾਂ ਭੈਣਾਂ ਨੇ, ਉਹ ਸ਼ਰਮਿੰਦਾ ਹੋਣ। ਉਹੀ ਗੱਲ ਮੈਂ ਫਿਲਮਾਂ ਬਾਰੇ, ਟੀ ਵੀ ਸੀਰੀਅਲ ਬਾਰੇ ਕਹੂੰ ਕਿ ਖਾਮੁਖਾ ਅਧਨੰਗੇ ਹੋਈ ਜਾਓ, ਲੱਚਰ ਕਿਸਮ ਦੀ ਸਸਤੀ ਸ਼ੋਹਰਤ ਪਾਉਣ ਵਾਸਤੇ ਇਹਨਾਂ ਕੰਮਾਂ ਤੋਂ ਕਲਾਕਾਰ ਨੂੰ ਪਰਹੇਜ਼ ਰੱਖਣਾ ਚਾਹੀਦਾ। ਔਰ ਸਾਡੇ ਸਮਾਜ ਨੂੰ, ਜੋ ਅਸੀਂ ਹਿੰਦੁਸਤਾਨੀ ਹਾਂ, ਜੋ ਪੰਜਾਬੀ ਹਾਂ, ਉਹ ਪੰਜਾਬੀਆਂ ਦਾ ਮਾਣ, ਪੰਜਾਬੀਆਂ ਦਾ ਸਿਰ ਤਾਂ ਹੀ ਉੱਚਾ ਰਹਿ ਸਕਦਾ ਜੇ ਅਸੀਂ ਇਸ ਤੋਂ ਪਰਹੇਜ਼ ਰੱਖਾਂਗੇ। ਸੋਹੀ ਸਾਹਿਬ, ਇੱਕ ਬੜਾ ਨਾਜ਼ੁਕ ਜਿਹਾ ਸਵਾਲ ਪੁੱਛਣ ਲੱਗਿਆ ਮੈਂ ਜੀ। ਮੈਨੂੰ ਬੜਾ ਅਜੀਬ ਜਿਹਾ ਮਹਿਸੂਸ ਹੋਇਆ ਜਦੋਂ ਮੈਂ ਅਸੀਂ ਤੁਹਾਡੇ ਇੱਥੇ ਪਿੰਡ ਦੇ ਘਰ 'ਚ ਆਏ। ਹਾਂਜੀ। ਅਤੇ ਮੈਂ ਚਾਰੇ ਪਾਸੇ ਲੱਭ ਰਿਹਾ ਸੀਗਾ ਵੀ ਸਾਡੀ ਭਰਜਾਈ ਅਤੇ ਸਾਡੇ ਭਤੀਜੇ ਭਤੀਜੇ ਨਜ਼ਰ ਨਹੀਂ ਆ ਰਹੇ। ਅੱਛਾ, ਤੁਸੀਂ ਵਿਆਹ ਨਹੀਂ ਕਰਵਾਇਆ? ਨਹੀਂ ਕਰਵਾਇਆ, ਵਾਕਿਆ ਨਹੀਂ ਕਰਵਾਇਆ। ਕਾਰਨ? ਕਾਰਨ ਕਹਿ ਲਓ, ਗੱਲ ਬਹੁਤ ਵੱਡੀ ਹੋ ਜਾਂਦੀ ਹੈ। ਕਾਰਨ ਮੈਂ ਨਾਂ ਨਹੀਂ ਲਾਂਗਾ, ਇੱਕ ਬਹੁਤ ਵੱਡੇ ਦੇਸ਼ ਭਗਤ ਨੇ ਜਵਾਬ ਦਿੱਤਾ ਸੀ ਇਸ ਗੱਲ ਦਾ। ਉਸੇ ਤਰ੍ਹਾਂ ਮੈਂ ਕਲਾ ਨਾਲ ਵਿਆਹ ਕਰਵਾ ਲਿਆ ਸੀ, ਇਸ ਕਰਕੇ ਸ਼ਾਦੀ ਨਹੀਂ ਕਰਵਾਈ। ਸ਼ਾਦੀ ਨਾ ਕਰਵਾਉਣ ਦਾ ਮੈਨੂੰ ਕੋਈ ਗਮ ਵੀ ਨਹੀਂ ਹੈਗਾ। ਮੇਰੇ ਆਪਣੇ ਜਿਹੜੇ ਭਤੀਜੇ ਭਤੀਜੀਆਂ ਨੇ, ਉਹ ਮੈਨੂੰ ਮੇਰੇ ਔਲਾਦ ਜੇ ਹੁੰਦੀ ਉਹਨਾਂ ਤੋਂ ਵੀ ਵੱਧ ਪਿਆਰੇ ਨੇ। ਮੇਰਾ ਭਰਾ ਹੈ, ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਭੈਣਾਂ ਭਰਾਵਾਂ ਦਾ ਬਹੁਤ ਪਿਆਰ ਹੈ। ਔਰ ਉਹ ਜੋ ਉਹ ਇੱਕ ਲੋਕਾਂ 'ਚ ਇੱਕ ਭਾਵ ਬਣਿਆ ਹੋਇਆ ਕਿ ਸਾਡੀ ਜੀ ਔਲਾਦ ਚਾਹੀਦੀ ਹੈ, ਉਹੀ ਸੇਵਾ ਕਰਦੀ ਹੈ ਬੁਢਾਪੇ 'ਚ, ਉਹੀ, ਮੈਂ ਉਹਨਾਂ ਗੱਲਾਂ 'ਚ ਯਕੀਨ ਨਹੀਂ ਕਰਦਾ। ਸੋਹੀ ਸਾਹਿਬ, ਤੁਸੀਂ ਕਾਫੀ ਅਰਸੇ ਤੋਂ ਥੀਏਟਰ ਨਾਲ ਜੁੜੇ ਹੋਏ ਹੋ ਜੀ, ਤਰ੍ਹਾਂ ਤਰ੍ਹਾਂ ਦੇ ਕਿਰਦਾਰ ਕੀਤੇ ਹੋਣਗੇ, ਉਹਨਾਂ ਵਿੱਚੋਂ ਕੁਝ ਇਹੋ ਜਿਹੇ ਕਿਰਦਾਰ ਵੀ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ। ਕਿਆ ਕੋਈ ਇਹੋ ਜਿਹਾ ਕਿਰਦਾਰ ਹੈ ਜੋ ਤੁਹਾਡੇ ਅੱਜ ਤੱਕ ਯਾਦ ਹੈ, ਜਿਸ ਤੋਂ ਤੁਸੀਂ ਬਹੁਤ ਪ੍ਰਭਾਵਿਤ ਹੋਏ ਹੋ? ਜੀ ਬਿਲਕੁਲ, ਉਹ ਕਿਰਦਾਰ ਸੀਗਾ ਨਾਟਕ ਚਮਕੌਰ ਦੀ ਗੜੀ ਦੇ ਵਿੱਚ ਮੀਆਂ ਜ਼ਫਰ ਬੇਗ ਦਾ। ਉਹਦੇ ਪਿੱਛੇ ਮੇਰੀ ਪਸੰਦ ਤੋਂ ਵੀ ਵੱਧ ਮੇਰੇ ਉਸਤਾਦ ਟਿਵਾਣਾ ਸਾਹਿਬ ਦੀ ਪਸੰਦ ਦੀ ਗੱਲ ਸੀ। ਮੈਨੂੰ ਜਦੋਂ ਇਹ ਰੋਲ ਦਿੱਤਾ ਗਿਆ ਤਾਂ ਕੁਛ ਮੇਰੀ ਜਿਹੜੀ ਸਰੀਰ ਦੀ ਬਣਤਰ ਹੈ ਉਹਦੇ ਹਿਸਾਬ ਨਾਲ ਸੋਚਦੇ ਸੀ ਕਿ ਮੁਗਲ ਬੜਾ ਲੰਬਾ ਚੌੜਾ ਤੁਹਾਡੀ ਤਰ੍ਹਾਂ ਚੌੜੇ ਮੋਢਿਆਂ ਵਾਲਾ ਚਾਹੀਦਾ। ਅਤੇ ਪਰ ਟਿਵਾਣਾ ਸਾਹਿਬ ਨੇ ਕਿਹਾ ਕਿ ਨਹੀਂ, ਆਹ ਜਿਹੜਾ ਸੂਹੀ ਹੈ, ਇਹਦੀ ਅੱਖ, ਇਹਦੀ ਆਵਾਜ਼ ਔਰ ਇਹਦੀ ਚਾਲ ਢਾਲ, ਇਹ ਇਸ ਕਰੈਕਟਰ ਨੂੰ 101% ਫਿੱਟ ਬੈਠਦੀ ਹੈ। ਔਰ ਪਰਮਾਤਮਾ ਦੀ ਮਿਹਰ ਨਾਲ ਮੈਂ ਬਹੁਤ ਬਖੂਬੀ ਉਹ ਕਰੈਕਟਰ ਨਿਭਾਇਆ ਔਰ ਅੱਜ ਤੱਕ ਮੈਂ ਉਹਦੀਆਂ ਸ਼ੇਡਸ ਨੂੰ ਮੈਂ ਯਾਦ ਰੱਖਦਾ। ਫਿਰ ਤਾਂ ਤੁਹਾਡੀ ਕਲਾ ਦੇ ਖੇਤਰ ਵਿੱਚ ਤੁਹਾਨੂੰ ਅੱਗੇ ਵਧਣ ਵਾਸਤੇ ਪਿੰਡ ਵਾਲਿਆਂ ਦਾ ਵੀ ਮੇਰਾ ਖਿਆਲ ਹੈ ਕਾਫੀ ਪਾਰਟਿਸਪੇਸ਼ਨ। ਹਾਂ, ਇਹ ਗੱਲ ਵੀ ਕਰਨੀ ਬਹੁਤ ਜ਼ਰੂਰੀ ਹੈ। ਸ਼ਵਿੰਦਰ ਜੀ, ਜਦੋਂ ਮੈਂ ਕਲਾਕਾਰ ਬਣਨ ਦਾ ਸੁਪਨਾ ਦੇਖਿਆ ਸੀ, ਉਦੋਂ ਕਲਾਕਾਰਾਂ ਨੂੰ ਜੋ ਅੱਜ ਆਪਾਂ ਬੈਠੇ ਸੋਚ ਰਹੇ ਹਾਂ, ਅੱਜ ਦੀ ਨੌਜਵਾਨ ਪੀੜ੍ਹੀ ਸੋਚਦੀ ਹੈ, ਇਹ ਨਹੀਂ ਸੀ ਸੋਚਿਆ ਜਾਂਦਾ ਕਲਾਕਾਰਾਂ ਨੂੰ। ਉਹ ਗਾਉਣ ਨੱਚਣ ਵਾਲੇ ਘੱਗਰੀਆਂ ਘੱਗਰੀਆਂ ਪਾ ਕੇ ਨੱਚਦੇ ਨੇ, ਉਹ ਬਹੁਤੀ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਦੇ। ਹਾਂ, ਅੱਜ ਦੀ ਨੌਜਵਾਨ ਪੀੜ੍ਹੀ ਬੜੀ ਜਾਗਰੂਕ ਹੋ ਗਈ ਹੈ, ਘਰ ਘਰ ਟੀ ਵੀ ਆ ਗਏ ਨੇ। ਅੱਜ ਹੁਣ ਮੈਂ ਪਿੰਡ ਆਉਣਾ, ਪਿੰਡ ਦੇ ਮੁੰਡੇ ਮੈਨੂੰ ਬਾਹਾਂ 'ਤੇ ਚੱਕ ਲੈਂਦੇ ਨੇ, ਉਹ ਵੀ ਸਾਡੇ ਪਿੰਡ ਦਾ ਕਲਾਕਾਰ ਸਰਦਾਰ ਸੋਹੀ ਆ ਗਿਆ, ਉਹ ਵੀ ਮੈਨੂੰ ਸਰਦਾਰ ਸੋਹੀ ਕਹਿਣ ਲੱਗ ਗਏ ਪਰਮਜੀਤ ਛੱਡ ਕੇ। ਇਹ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਮੈਨੂੰ ਬਹੁਤ ਕਦਰ ਦਿੰਦੀ ਹੈ, ਅਤੇ ਜਦੋਂ ਪੇਪਰਾਂ 'ਚ ਕਦੇ ਮੇਰਾ ਨਾਂ ਪੜ੍ਹਦੀ ਹੈ, ਉਹ ਬੜੇ ਫਖਰ ਨਾਲ ਕਹਿੰਦੇ ਨੇ ਵੀ ਵਾਹ ਵੀ ਜਿਉਂਦਾ ਰਿਹਾ, ਸਾਡੇ ਪਿੰਡ ਦਾ ਨਾਂ ਰੋਸ਼ਨ ਕਰਤਾ। ਸੋਹੀ ਸਾਹਿਬ, ਕੋਈ ਜ਼ਿੰਦਗੀ ਦੀ ਅਜਿਹੀ ਘਟਨਾ ਜੀ ਜੋ ਤੁਹਾਨੂੰ ਅੱਜ ਤੱਕ ਯਾਦ ਹੈ? ਇਹੋ ਜਿਹੀ ਘਟਨਾ ਜਿਹਦੇ ਨਾਲ ਤੁਹਾਨੂੰ ਠੇਸ ਲੱਗੀ? ਉਹ ਸਾਡੇ ਵਸਦੇ ਰਸਦੇ ਪੰਜਾਬ ਨੂੰ ਨਜ਼ਰ ਲੱਗੇ ਸੀ। ਇੱਕ ਦਹਾਕਾ ਪੂਰਾ ਪੰਜਾਬ ਬਹੁਤ ਕਤਲੇਆਮ ਹੋਇਆ ਜਵਾਨੀ ਦਾ, ਅਤੇ ਮੇਰੇ ਪਿੰਡ 'ਚ
ਮੇਰੇ ਕਾਮਰੇਡ ਮਾਮਾ ਮੁਕੰਦ ਸਿੰਘ ਦਾ ਬੇਟਾ ਉਹ ਅੱਤਵਾਦੀ ਭੇਂਟ ਚੜ੍ਹਿਆ ਅਤੇ ਇੱਕ ਸਾਡੇ ਪਿੰਡ ਦੇ ਫੌਜੀ ਮਹਿੰਦਰ ਸਿੰਘ ਦਾ ਬਹੁਤ ਛੋਟਾ ਜਿਹਾ ਬੱਚਾ ਸੀ ਉਹ ਅੱਤਵਾਦੀ ਭੇਂਟ ਚੜ੍ਹਿਆ ਹੋਰ ਵੀ 4-5 ਮੁੰਡੇ ਸਾਡੇ ਪਿੰਡ ਦੇ ਮਾਰੇ ਗਏ ਮੈਂ ਉਸ ਗਲੀ 'ਚ ਦੀ ਜਦੋਂ ਲੰਘਦਾ ਤਾਂ ਮੇਰੇ ਤਾਂ ਕਸਮ ਨਾਲ ਮਣ ਮਣ ਦੇ ਪੈਰ ਹੋ ਜਾਂਦੇ ਨੇ ਪਰਮਾਤਮਾ ਸਾਨੂੰ ਉਹ ਕਾਲੇ ਦਿਨ ਮੁੜ ਕੇ ਨਾ ਦਿਖਾਵੇ ਬੜਾ ਭੈੜਾ ਸੰਤਾਪ ਚੱਲਿਆ ਪੰਜਾਬ ਨੇ ਅਤੇ ਖੈਰ ਅਸੀਂ ਹੁਣ ਉੱਭਰ ਆਏ ਹਾਂ ਉਸ ਤੋਂ ਪਰਮਾਤਮਾ ਦਾ ਸ਼ੁਕਰ ਹੈ ਕਿ ਅੱਜ ਪੰਜਾਬੀ ਨੂੰ ਅੱਜ ਸਿੱਖ ਨੂੰ ਬਾਹਰ ਫਿਰ ਉਸੇ ਨਜ਼ਰ ਨਾਲ ਦੇਖਿਆ ਜਾ ਰਿਹਾ ਸਾਨੂੰ ਸਰਦਾਰਾਂ ਨੂੰ ਸਿੱਖਾਂ ਨੂੰ ਬਾਹਰ ਤਾਂ ਸਾਰਿਆਂ ਨੇ ਅੱਤਵਾਦੀ ਬਣਾ ਕੇ ਰੱਖਤਾ ਸੀ ਉਹਦੇ 'ਚ ਹੱਥ ਕਿਸੇ ਦਾ ਵੀ ਸੀ ਨੁਕਸਾਨ ਸਾਰੇ ਪੰਜਾਬ ਦਾ ਹੋਇਆ ਖਾਸ ਤੌਰ 'ਤੇ ਸਿੱਖਾਂ ਦਾ ਹੋਇਆ ਸਾਡੇ ਸਮਾਜ ਦਾ ਹੋਇਆ ਸਾਡੇ ਕਲਚਰ ਦਾ ਹੋਇਆ ਸਾਡੀ ਤਰੱਕੀ ਦਾ ਹੋਇਆ ਹਰ ਚੀਜ਼ ਦਾ ਕਾਰਨ ਹੋਇਆ ਅਸੀਂ ਸੁਣਿਆ ਕਿ ਹਿੰਦੁਸਤਾਨ ਦੇ ਮਹਾਨ ਕਲਾਕਾਰ ਓਮਪੁਰੀ ਨਾਲ ਤੁਹਾਡੀ ਕਾਫੀ ਸਾਂਝ ਸੀ ਤੁਸੀਂ ਕਾਫੀ ਥੀਏਟਰ ਕੀਤਾ ਹੈ ਉਹਨਾਂ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਦੋਂ ਅਤੇ ਕਿਵੇਂ ਹੋਈ ਪਹਿਲੀ ਮੁਲਾਕਾਤ ਸ਼ਵਿੰਦਰ ਜੀ ਅਸੀਂ ਇੰਦੌਰ ਗਏ ਸੀ ਪਲੇ ਕਰਨ ਵਾਸਤੇ ਇੰਦੌਰ ਤੋਂ ਟਿਵਾਣਾ ਸਾਹਿਬ ਮਨ ਹੋਇਆ ਕਿ ਆਪਾਂ ਅੱਗੇ ਬੰਬੇ ਚਲੀਏ ਅਤੇ ਟਿਵਾਣਾ ਸਾਹਿਬ ਅਸੀਂ ਚਾਰੋਂ ਜਣੇ ਬੰਬੇ ਗਏ ਤਾਂ ਕਿ ਬੰਬੇ ਦੇ ਵਿੱਚ ਕਿਸ ਤਰ੍ਹਾਂ ਦਾ ਥੀਏਟਰ ਹੁੰਦਾ ਬੇਸ਼ੱਕ ਕੋਈ ਗੁਜਰਾਤੀ ਹੈ ਜਾਂ ਮਰਾਠੀ ਹੈ ਜਾਂ ਹਿੰਦੀ ਥੀਏਟਰ ਹੈ ਉਹ ਥੀਏਟਰ ਨੂੰ ਬਹੁਤ ਨੇੜਿਓਂ ਦੇਖਣ ਵਾਸਤੇ ਕੋਖ ਕਰਨ ਵਾਸਤੇ ਅਸੀਂ ਉੱਥੇ ਗਏ ਸੀ ਅਸੀਂ ਗੁਜਰਾਤੀ ਪਲੇਅ ਵੀ ਦੇਖੇ ਉੱਥੋਂ ਦਾ ਤਮਾਸ਼ਾ ਵੀ ਵੇਖਿਆ ਅਤੇ ਫਿਰ ਇਸੇ ਦੌਰਾਨ ਸਾਡੀ ਮੁਲਾਕਾਤ ਓਮਪੁਰੀ ਸਾਹਿਬ ਨਾਲ ਹੋਈ ਪ੍ਰਿਥਵੀ ਥੀਏਟਰ ਵਿੱਚ ਅਤੇ ਉਸ ਤੋਂ ਬਾਅਦ ਮੈਂ ਓਮਪੁਰੀ ਉਹਨਾਂ ਨਾਲ ਇੱਕ ਪੰਜਾਬੀ ਦੀ ਫਿਲਮ ਕੀਤੀ ਮੇਰੀ ਪਹਿਲੀ ਫਿਲਮ ਸੀ ਲੌਂਗ ਦਾ ਲਿਸ਼ਕਾਰਾ ਤਾਇਆ ਤੈਨੂੰ ਤਾਂ ਪਤਾ ਹੀ ਹੈ ਟੀਵੀ ਦੇ ਮਾਮਲੇ 'ਚ ਬੰਦਾ ਗਰਮੀ ਖਾਈ ਜਾਂਦਾ ਓਏ ਹੁਣ ਅੱਖ ਦੋ ਕੰਮ ਲਈ ਐਵੇਂ ਨਾ ਫੋਕੀਆਂ ਫੜਾ ਮਾਰ ਲੱਗ ਜੀ ਇੱਥੇ ਪਾਣੀ ਮਾਰ ਬਥੇਰੇ ਨੇ ਅਤੇ ਉਸ ਤੋਂ ਬਾਅਦ ਓਮਪੁਰੀ ਸਾਹਿਬ ਨਾਲ ਮੈਂ ਇੱਕ ਪੰਜਾਬੀ ਪਲੇਅ ਤਾਂ ਨਹੀਂ ਕਰ ਸਕਿਆ ਇੱਕ ਹਿੰਦੀ ਪਲੇਅ ਕੀਤਾ ਸੀ ਬਿੱਛੂ ਔਰ ਉਸੇ ਬਿੱਛੂ ਪਲੇਅ ਨੂੰ ਅਸੀਂ ਪੰਜਾਬੀ 'ਚ ਵੀ ਕਰ ਚੁੱਕੇ ਹਾਂ ਉਹਦਾ ਨਾਂ ਸੀ ਬਹੁਰੂਪੀਆ ਬਹੁਰੂਪੀਆ ਦੇ ਵਿੱਚ ਮੈਂ ਉਹੀ ਕਿਰਦਾਰ ਨਿਭਾਇਆ ਸੀ ਜੋ ਓਮਪੁਰੀ ਸਾਹਿਬ ਬਿੱਛੂ 'ਚ ਨਿਭਾਉਂਦੇ ਰਹੇ ਨੇ ਅਤੇ ਇਸ ਤਰ੍ਹਾਂ ਸਾਡੀ ਮੁਲਾਕਾਤ ਹੋਈ ਤੁਸੀਂ ਪੰਜਾਬੀ ਫਿਲਮਾਂ ਤਾਂ ਕਾਫੀ ਕੀਤੀਆਂ ਨੇ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਭਾਸ਼ਾ ਵਿੱਚ ਤੁਸੀਂ ਫਿਲਮਾਂ ਕੀਤੀਆਂ ਨੇ ਔਰ ਉਹਨਾਂ ਵਿੱਚੋਂ ਤੁਹਾਨੂੰ ਕਿਹੜੀ ਫਿਲਮ ਨੇ ਪ੍ਰਭਾਵਿਤ ਕੀਤਾ ਦੇਖੋ ਜੀ ਹਿੰਦੀ ਫਿਲਮ ਤਾਂ ਕੀਤੀਆਂ ਨੇ ਕਾਫੀ ਜਿਹੜੀ ਖੇਤਰੀ ਭਾਸ਼ਾ ਦੀ ਫਿਲਮ ਹੈ ਉਹ ਮੈਂ ਇੱਕ ਗੁਜਰੀ ਫਿਲਮ ਕੀਤੀ ਜੀ ਗੁਜਰੀ ਫਿਲਮ ਜਿਹੜੀ ਉਹ ਭਾਸ਼ਾ ਹੈਗੀ ਉਹ ਰਾਜਸਥਾਨੀ ਔਰ ਹਰਿਆਣਵੀ ਦਾ ਕੁਛ ਮਿਕਸਚਰ ਜਿਹਾ ਹੈ ਬੜੀ ਬੋਲਣ ਵਾਸਤੇ ਟਫ ਲੱਗ ਰਹੀ ਸੀ ਲੇਕਿਨ ਹਾਂ ਗੁਜਰਾਂ ਦੀ ਜੋ ਆਪਣਾ ਦੁੱਧ ਦਾ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਭਾਸ਼ਾ ਹੈ ਹਾਂਜੀ ਅਤੇ ਉਹ ਮੈਂ ਉੱਥੇ ਫਰੀਦਾਬਾਦ 2-3 ਦਿਨ ਪਹਿਲਾਂ ਗਿਆ ਸ਼ੂਟਿੰਗ ਤੋਂ ਜਾ ਕੇ ਜਿਹੜਾ ਪ੍ਰੋਡਿਊਸਰ ਸੀ ਉਹਦੇ ਤਾਇਆ ਜੀ ਨੂੰ ਫੜਿਆ ਉਹਨਾਂ ਤਾਇਆ ਜੀ ਨਾਲ ਬੈਠ ਕੇ 2 ਦਿਨ ਗੱਲਾਂ ਕੀਤੀਆਂ ਔਰ ਪਰਮਾਤਮਾ ਦੀ ਦਇਆ ਨਾਲ ਐਡੀ ਸੋਹਣੀ ਭਾਸ਼ਾ ਬੋਲੀ ਮੈਂ ਕਿ ਉਸ ਫਿਲਮ ਦੀ ਹੀਰੋਇਨ ਟੀਨਾ ਕਈ ਨੇ ਸਾਰੇ ਯੂਨਿਟ ਦੇ ਸਾਹਮਣੇ ਇਹ ਕਬੂਲਿਆ ਕਿ ਸਰਦਾਰ ਸੋਹੀ ਨੇ ਸਭ ਤੋਂ ਵਧੀਆ ਗੁਜਰੀ ਭਾਸ਼ਾ ਬੋਲੀ ਹੈ ਹਾਂਜੀ ਅਤੇ ਉਸ ਤੋਂ ਬਾਅਦ ਹੁਣ ਮੈਂ ਇੱਕ ਫਿਲਮ ਬੜੇ ਵੱਡੇ ਬਜਟ ਦੀ ਫਿਲਮ ਹੈ ਆਪਣੇ ਅਮਿਤੋਜ ਮਾਨ ਸਾਹਿਬ ਕਰ ਰਹੇ ਨੇ ਫਿਲਮ ਅਮਿਤੋਜ ਮਾਨ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਉਹਨਾਂ ਦੀ ਪਹਿਲੀ ਫਿਲਮ ਹਵਾਏ ਵਿੱਚ ਵੀ ਮੈਂ ਕੀਤਾ ਸੀ ਇਸ ਫਿਲਮ ਦਾ ਨਾਂ ਹੈ ਕਾਫਲਾ ਅੱਛਾ ਸਨੀ ਦਿਓਲ ਹੀਰੋ ਨੇ ਔਰ ਪਾਕਿਸਤਾਨ ਦੀ ਲੜਕੀ ਹੀਰੋ ਨੇ ਉਹਦੇ 'ਚ ਮੈਂ ਪਾਕਿਸਤਾਨ ਵਿੱਚ ਜੋ ਮੁਲਤਾਨ ਦੇ ਆਸ ਪਾਸ ਦੀ ਲੈਂਗੁਏਜ ਬੋਲੀ ਜਾਂਦੀ ਹੈ ਉਹ ਭਾਸ਼ਾ ਬੋਲੀ ਹੈ ਅਤੇ ਇਹ ਹੈ ਕਲਾਕਾਰੀ ਦੇ ਵਿੱਚ ਅਲੱਗ ਅਲੱਗ ਭਾਸ਼ਾ ਨਾਲ ਖੇਡਣ ਦਾ ਜੋ ਮੌਕਾ ਮਿਲਦਾ ਕਲਾਕਾਰ ਨੂੰ ਉਹਦਾ ਆਪਣਾ ਹੀ ਸਵਾਦ ਹੈ ਔਰ ਮੈਂ ਉਹ ਸਵਾਦ ਬਹੁਤ ਨੇੜਿਓਂ ਚੱਖਿਆ ਠੀਕ ਹੈ ਵੈਸੇ ਮੈਂ ਸੁਣਿਆ ਵੀ ਹੈ ਕਿ ਤੁਸੀਂ ਸਰਹੱਦ ਪਾਰ ਮਨਜੀਤ ਅਤੇ ਜਗਜੀਤ ਨਹੀਂ ਸੋਰੀ ਸਰਹੱਦ ਪਾਰ ਨਹੀਂ ਸਰਹੱਦ ਸਰਹੱਦ ਜੀ ਹਾਂਜੀ ਜੀ ਸਰਹੱਦ ਵੀ ਲਿਖੀ ਹੈ ਅਤੇ ਮਨਜੀਤ ਅਤੇ ਜਗਜੀਤ ਹਾਂਜੀ ਅਤੇ ਅੱਜ ਕੱਲ੍ਹ ਵੀ ਸੁਣਿਆ ਕਿ ਤੁਸੀਂ ਇੱਕ ਸੀਰੀਅਲ ਲਿਖ ਵੀ ਰਹੇ ਹੋ ਹਾਂਜੀ ਅਤੇ ਪ੍ਰੋਡਿਊਸ ਵੀ ਕਰ ਰਹੇ ਹੋ ਅਤੇ ਐਕਟ ਵੀ ਕਰ ਰਹੇ ਹੋ ਹਾਂਜੀ ਵੈਸੇ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਸ਼ੈਲੀ ਹੈ ਜੀ ਪੰਜਾਬੀ ਭਾਸ਼ਾ ਦੀ ਜਿਹੜੀ ਪਕੜ ਹੈ ਜੀ ਉਹ ਬਹੁਤ ਮਜ਼ਬੂਤ ਹੈ ਅਤੇ ਆਮ ਸਾਡੀ ਜਿਹੜੀ ਅਸੀਂ ਇਸਤੇਮਾਲ ਕਰ ਰਹੇ ਹਾਂ ਰੂਟੀਨ ਦੀ ਲੈਂਗੁਏਜ ਨੂੰ ਜੀ ਜੀ ਉਹਦੇ ਵਿੱਚ ਤੁਸੀਂ ਬਹੁਤ ਹੀ ਬੜੇ ਚੰਗੇ ਤਰੀਕੇ ਨਾਲ ਉਹਨੂੰ ਪੇਸ਼ ਕਰਨ ਦਾ ਤੁਸੀਂ ਇੱਕ ਫਨ ਹਾਸਲ ਹੈ ਤੁਹਾਨੂੰ ਜੀ ਜੀ ਅਤੇ ਤੁਸੀਂ ਜਿਹੜੀ ਆਪਣਾ ਭਾਸ਼ਾ ਯੂਜ਼ ਕਰ ਰਹੇ ਹੋ ਇਹਦੇ ਵਿੱਚ ਇਹ ਕਿਹੜੀ ਹੈ ਪੁਆਧ ਦੀ ਹੈ ਜਾਂ ਮਾਲਵਾ ਮਾਲਵੇ ਦੀ ਹੈ ਜਾਂ ਫਿਰ ਦੁਆਬੇ ਦੀ ਹੈ ਨਹੀਂ ਜੀ ਇਹ ਮੈਂ ਜੋ
ਸੀਰੀਅਲ ਦਾ ਤੁਸੀਂ ਨਾਂ ਨਹੀਂ ਲਿਆ, ਮੈਂ ਸੀਰੀਅਲ ਬਣਾ ਰਿਹਾ ਆਲਣਾ। ਅੱਛਾ। ਮੈਂ ਲਿਖ ਵੀ ਰਿਹਾ, ਇੱਕ ਸੈਂਟਰਲ ਕਰੈਕਟਰ ਵੀ ਕਰ ਰਿਹਾ, ਅਤੇ ਉਹ ਜਿਹੜੀ ਆਲਣਾ ਦੇ ਵਿੱਚ ਤੁਸੀਂ ਲੈਂਗੁਏਜ ਦੀ ਜਾਂ ਭਾਸ਼ਾ ਦੀ ਗੱਲ ਕੀਤੀ ਹੈ, ਉਹ ਭਾਸ਼ਾ ਮੈਂ ਟਕਸਾਲੀ ਰੱਖੀ ਹੈ ਸਾਰੇ ਪੰਜਾਬ ਦੀ। ਉਹਦੇ 'ਚ ਕੋਈ ਪਰਟੀਕੁਲਰ ਇਲਾਕੇ ਨੂੰ ਮੈਂ ਹਿੱਟ ਨਹੀਂ ਕੀਤਾ, ਉਹਦੇ 'ਚ ਮਲਵਈ ਵੀ ਬੋਲਦੇ ਹਾਂ, ਉਹ 'ਚ ਮਝੇਲੀ ਵੀ ਹੈਗੀ ਹੈ, ਦੁਆਬੀ ਵੀ ਹੈਗੀ, ਦੁਆਬਾ ਵਾਲੀ ਲੈਂਗੁਏਜ ਬੋਲ ਉਹ ਵੀ ਬੋਲੀ ਜਾਂਦੀ ਹੈ, ਕਿਉਂਕਿ ਉਹਦੇ 'ਚ ਥੋੜ੍ਹੀਆਂ ਬਤੌਰ ਪ੍ਰੋਡਿਊਸਰ ਜਾਂ ਨਿਰਦੇਸ਼ਕ ਥੋੜ੍ਹੀ ਆਪਣੇ ਪੰਜਾਬ ਦੀ ਇਹ ਪ੍ਰੋਬਲਮ ਵੀ ਹੈ ਕਿ ਤੁਹਾਨੂੰ ਕਲਾਕਾਰਾਂ ਦੀ ਘਾਟ ਹੈ ਇੱਥੇ। ਜੇ ਮੈਂ ਕਹਾਂ ਕਿ ਮੈਂ ਸਿਰਫ ਮਾਲਵੇ ਦੀ ਭਾਸ਼ਾ ਨੂੰ ਮੱਦੇਨਜ਼ਰ ਰੱਖ ਕੇ ਲਿਖਣਾ ਚਾਹੁੰਦਾ, ਤਾਂ ਮੈਨੂੰ ਮਾਲਵੇ 'ਚੋਂ ਇੰਨੇ ਐਕਟਰ ਮਲਵਈ ਹੀ ਨਹੀਂ ਮਿਲੇ, ਉਸ ਕਰਕੇ ਮੈਨੂੰ ਕੁਛ ਜਿਹੜੇ ਕਲਾਕਾਰ ਨੇ ਉਹ ਅੰਮ੍ਰਿਤਸਰ ਤੋਂ ਲੈਣੇ ਪਏ, ਜਿਹੜੇ ਸੋਹਣੀ ਮਝੈਲੀ ਬੋਲਦੇ ਨੇ, ਅਤੇ ਕੁਛ ਕਲਾਕਾਰ ਦੀਆਂ ਇਹ ਵਰਸਟਾਈਲ ਨਹੀਂ ਹੁੰਦੇ, ਉਹ ਮਜਬੂਰੀਆਂ ਹੁੰਦੀਆਂ ਨੇ, ਅਗਰ ਮਲਵਈ ਬਲਵਾਉਣੀ ਵੀ ਚਾਹੋ ਤਾਂ ਉਹਨਾਂ ਨੇ ਮਝੈਲੀ ਬੋਲਣੀ ਹੈ, ਮਾਲਵੇ ਵਾਲਿਆਂ ਕੋਲੋਂ ਮਝੈਲਾਂ ਦੀ ਭਾਸ਼ਾ ਬੁਲਵਾਉਣੀ ਚਾਹੋ ਤਾਂ ਉਹਨਾਂ ਨੇ ਆਪਣੀ ਮਲਵਈ ਬੋਲਣੀ ਹੈ, ਇਸ ਕਰਕੇ ਮੈਂ ਨੋਇੰਗਲੀ ਜਾਣ ਬੁੱਝ ਕੇ ਟਕਸਾਲੀ ਬੋਲੀ ਰੱਖੀ ਹੈ। ਜੇ ਤੁਹਾਨੂੰ ਅੱਜ ਵੀ ਕੋਈ ਆਫਰ ਆਵੇ ਥੀਏਟਰ ਵੱਲੋਂ ਕਿਸੇ ਨਾਟਕ ਵੱਲੋਂ, ਕੀ ਤੁਸੀਂ ਕਰੋਗੇ? ਜ਼ਰੂਰ ਕਰੂੰਗਾ, ਅਗਰ ਤੁਸੀਂ ਡਾਇਰੈਕਟ ਕਰੋਗੇ ਤਾਂ ਕਰੂੰਗਾ। ਵੈਸੇ ਜਦੋਂ ਤੋਂ ਮੈਂ ਥੀਏਟਰ ਛੱਡਿਆ, ਮੈਨੂੰ ਕਿਸੇ ਥੀਏਟਰ ਵਾਲੇ ਨੇ ਪੰਜਾਬ ਤੋਂ ਤਾਂ ਕਿਹਾ ਨਹੀਂ ਕਿ ਆਓ ਜੀ ਆਪਾਂ ਪਲੇਅ ਕਰਨਾ, ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਅੱਜ ਤੱਕ, ਔਰ ਖੁਦ ਮੈਂ ਨਿਰਦੇਸ਼ਕ ਬਣਨ ਦੀ ਹਿੰਮਤ ਨਹੀਂ ਕੀਤੀ ਅਜੇ ਤੱਕ। ਸੋਹੀ ਸਾਹਿਬ, ਇੱਕ ਅਖੀਰ ਵਿੱਚ ਸਵਾਲ ਪੁੱਛਦਾ ਜੀ, ਅਤੇ ਨਾਲ ਹੀ ਸਾਡੇ ਪੰਜਾਬੀ ਟਾਕੀਜ਼ ਦੇ ਦਰਸ਼ਕਾਂ ਨੂੰ ਇੱਕ ਸੁਨੇਹਾ ਵੀ ਦਿਓ ਜੀ। ਕੀ ਹੈ ਕਿ ਸਾਡੇ ਪੰਜਾਬ ਤੋਂ ਮੁੰਡੇ ਕੁੜੀਆਂ ਉੱਠਦੇ ਨੇ ਅਤੇ ਫਿਲਮ ਐਕਟਰ ਐਕਟਰਸ ਬਣਨ ਵਾਸਤੇ ਬੰਬੇ ਵੱਲ ਦੌੜ ਜਾਂਦੇ, ਉਹਨਾਂ ਦਾ ਮਾਰਗ ਦਰਸ਼ਨ ਕਰੋ। ਭਾਜੀ, ਇਹ ਤਾਂ ਤੁਸੀਂ ਮਾਰਗ ਦਰਸ਼ਨ ਕਰਨ ਨੂੰ ਕਹਿਤਾ, ਲੇਕਿਨ ਇਹ ਗਲਤੀ ਤਾਂ ਮੈਂ ਵੀ ਕਰ ਚੁੱਕਿਆ, ਮੈਂ ਵੀ ਇਸ ਉਮਰ 'ਚ ਭਟਕ ਗਿਆ ਸੀ, ਜੋ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਜਵਾਨੀ ਜਿਹੜੀ ਭਟਕ ਜਾਂਦੀ ਹੈ ਔਰ ਸਿੱਧੀ ਬੰਬੇ ਵੱਲ ਮੂੰਹ ਕਰ ਲੈਂਦੀ ਹੈ, ਇਹ ਗਲਤੀ ਮੈਂ ਉੱਥੋਂ ਵੀ ਹੋਈ ਸੀ। ਫਿਰ ਮੈਂ ਵਾਪਸ ਆਇਆ, ਵਾਪਸ ਆ ਕੇ ਬਾਕਾਇਦਾ ਥੀਏਟਰ ਕੀਤਾ, ਟ੍ਰੇਨਿੰਗ ਲੈ ਕੇ ਆਪਣੇ ਕਲਾ ਦੇ ਖੇਤਰ 'ਚ ਪੂਰੀ ਪਰਪੱਕਤਾ ਹਾਸਿਲ ਕਰਕੇ ਫਿਰ ਮੈਂ ਬੰਬੇ ਵੱਲ ਦੁਬਾਰਾ ਮੂੰਹ ਕੀਤਾ, ਔਰ ਇਹੀ ਮੈਂ ਸਾਰੇ ਜਿਹੜੇ ਦਰਸ਼ਕ ਵੀਰ ਬੈਠੇ ਨੇ, ਭੈਣਾਂ ਬੈਠੀਆਂ ਨੇ, ਜੋ ਵੀ ਨੌਜਵਾਨ ਵਰਗ ਬੈਠਾ, ਜੋ ਕਲਾਕਾਰ ਬਣਨ ਦੇ ਇੱਛੁੱਕ ਨੇ, ਉਹਨਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਪਹਿਲਾਂ ਬੜੇ ਸਕੂਲ ਨੇ, ਬੜੇ ਥੀਏਟਰ ਗਰੁੱਪ ਨੇ, ਟ੍ਰੇਨਿੰਗ ਸਕੂਲ ਵੀ ਖੁੱਲ੍ਹ ਗਏ ਨੇ, ਸਾਡੇ ਵੇਲੇ ਤਾਂ ਬਸ ਇੱਕ NSD ਸੀ, ਜਾਂ ਫਿਰ ਮਤਲਬ ਹਰਪਾਲ ਟਿਵਾਣਾ ਸਾਹਿਬ ਮੈਨੂੰ ਬੜੀ ਲੇਟ ਮਿਲੇ। ਅੱਜ ਤਾਂ ਜਗ੍ਹਾ ਜਗ੍ਹਾ ਟ੍ਰੇਨਿੰਗ ਸਕੂਲ ਨੇ, ਥੀਏਟਰ ਗਰੁੱਪ ਨੇ, ਥੀਏਟਰ ਜੁਆਇਨ ਕਰੋ, ਔਰ ਪਹਿਲਾਂ ਕਲਾ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਲੈ ਕੇ ਫਿਰ ਜਾਓ, ਉੱਥੇ ਜਿਹੜੇ ਸਾਧਨ ਨੇ ਜੋ ਤੁਹਾਡੇ ਸਾਹਮਣੇ, ਅੱਜ TV ਚੈਨਲ ਇੰਨੇ ਖੁੱਲ੍ਹ ਗਏ, ਜਦੋਂ ਮੈਂ ਗਿਆ ਸੀ ਉਸ ਵੇਲੇ ਤਾਂ ਸਿਰਫ ਫਿਲਮਾਂ ਹੁੰਦੀਆਂ ਸੀ ਅਤੇ ਬੜਾ ਔਖਾ ਸੀ, ਹੁਣ ਆਸਾਨ ਹੋ ਗਿਆ, ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ, ਜਿਹੜੇ ਵੀ ਬੰਬੇ ਵੱਲ ਮੂੰਹ ਕਰਨਾ ਚਾਹੁੰਦੇ ਨੇ, ਪਹਿਲਾਂ ਕਿਸੇ ਵੀ ਉਸਤਾਦ ਕੋਲੋਂ ਸਿੱਖਿਆ ਲੈ ਕੇ ਜਾਣ। ਸੋਹੀ ਸਾਹਿਬ, ਤੁਸੀਂ ਸਾਡੇ ਪੰਜਾਬੀ ਟਾਕੀਜ਼ ਪ੍ਰੋਗਰਾਮ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ, ਔਰ ਚੈਨਲ ਪੰਜਾਬ ਦਾ ਧੰਨਵਾਦ, ਮੈਂ ਸਾਰੇ ਦਰਸ਼ਕਾਂ ਦਾ ਜੋ ਇਸ ਵੇਲੇ ਸਾਨੂੰ ਦੇਖ ਸੁਣ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਦਰਸ਼ਕੋ, ਇਹ ਸਨ ਸਾਡੇ ਵਰਸਟਾਈਲ ਐਕਟਰ ਸਰਦਾਰ ਸੋਹੀ। ਅਗਲੀ ਵਾਰ ਅਸੀਂ ਫਿਰ ਤੁਹਾਡੇ ਸਾਹਮਣੇ ਕਿਸੇ ਪੰਜਾਬੀ ਫਿਲਮੀ ਹਸਤੀ ਨੂੰ ਲੈ ਕੇ ਆ ਰਹੇ ਹਾਂ, ਤਦ ਤੱਕ ਲਈ ਸ਼ਵਿੰਦਰ ਮਹਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।